ਕਾਰੀ ਸਾਹਿਬ ਵਾਸਤੇ ਦੁਆ ਹੈ, ਮੈਂ ਪੰਜਾਬੀ ਚ ਗੱਲ ਕਰ ਰਿਹਾ, ਅੱਲਾ ਇਹਨਾਂ ਨੂੰ ਹੱਸਦਾ ਰੱਖੇ ਤੇ ਵਸਦਾ ਰੱਖੇ। ਇਹ ਕਰਾਮਤ ਮੇਰੇ ਮੌਲਾ ਅਲੀ ਅਲੈਹਿਸ ਸਲਾਮ ਦੀ ਜ਼ਿੰਦਾ ਕਰਾਮਤ ਹੈ। ਜਿੱਥੇ ਵੀ ਕੁਰਾਨ ਪਾਕ ਪੜ੍ਹਦੇ ਨੇ ਪਤਾ ਲੱਗ ਜਾਂਦਾ ਕੋਈ ਅਲੀ ਵਾਲਾ ਕੁਰਾਨ ਪੜ੍ਹ ਰਿਹਾ, ਤੇ ਫਿਰ ਜਿੱਥੇ ਦੀਵਾਨੇ ਬੈਠੇ ਨੇ ਉਹਨਾਂ ਦੀ ਵੀ ਪਤਾ ਲੱਗ ਜਾਂਦਾ ਕਿ ਅਲੀ ਪਾਕ ਵਾਲੇ ਸੁਣ ਲੈ। ਮੈਂ ਸੁਣੇ ਸੈਯਦ ਦੇ ਕਦਮਾਂ ਤੇ ਹੱਥ ਰੱਖ ਕੇ ਇੱਥੋਂ ਥੋੜ੍ਹਾ ਜਿਹਾ ਆਗਾਜ਼ ਕਰਨਾ ਚਾਹੁੰਦਾ। ਅਗਰ ਤੁਹਾਡੀ ਪੂਰੀ ਤਵੱਜੋ ਇੱਧਰ ਹੈ ਤੇ ਫਿਰ ਸੱਜਾ ਹੱਥ ਚਾਹ ਕੇ ਇੱਕ ਵਾਰੀ ਸੁਭਾਨ ਅੱਲਾ ਦੀ ਆਵਾਜ਼ ਆਏ, ਬੋਲੋ ਤੇਰਾ ਸਾਰੇ ਸੁਭਾਨ ਅੱਲਾ ਬੋਲੋ, ਸਾਰੇ ਸੁਭਾਨ ਅੱਲਾ। ਮੈਂ ਇੱਕ ਜੁਮਲਾ ਤੁਹਾਡੇ ਹਵਾਲੇ ਕਰਨਾ ਚਾਹੁੰਦਾ। ਅੰਮਾ ਭਾਈ ਜਾਨ, ਅੰਮਾ ਕੁਰਾਨ ਦੀ ਲੋਰੀ ਦੇਵੇ ਤੇ ਪੁੱਤਰ ਤਾਬੀ ਬਣਦਾ ਹੈ, ਅੰਮਾ ਕੁਰਾਨ ਪੜ੍ਹ ਕੇ ਲੋਰੀ ਦੇਵੇ ਤੇ ਪੁੱਤਰ ਤਬੇ ਤਾਬੀ ਬਣਦਾ ਹੈ, ਅੰਮਾ ਕੁਰਾਨ ਪਾਕ ਪੜ੍ਹ ਕੇ ਲੋਰੀ ਦੇਵੇ ਤੇ ਪੁੱਤਰ ਵਲੀ ਬਣਦਾ ਹੈ, ਅੰਮਾ ਕੁਰਾਨ ਪਾਕ ਦੀ ਪੜ੍ਹ ਕੇ ਲੋਰੀ ਦੇਵੇ ਤੇ ਪੁੱਤਰ ਕੁਤਬ ਬਣਦਾ ਹੈ, ਅੰਮਾ ਕੁਰਾਨ ਦੀ ਪੜ੍ਹ ਕੇ ਲੋਰੀ ਦੇਵੇ ਤੇ ਬੇਟਾ ਕੁਤਬ ਲਖਤਾਬ ਬਣਦਾ ਹੈ, ਅੰਮਾ ਕੁਰਾਨ ਪਾਕ ਦੀ ਲੋਰੀ ਦੇਵੇ ਤੇ ਬੇਟਾ ਕੁਤਬ ਅਰਸ਼ਾਦ ਬਣਦਾ ਹੈ, ਅੰਮਾ ਕੁਰਾਨ ਪਾਕ ਦੀ ਲੋਰੀ ਦੇਵੇ ਤੇ ਪੁੱਤਰ ਗੌਸੇ ਜਲੀ ਬਣਦਾ ਹੈ, ਅੰਮਾ ਕੁਰਾਨ ਪਾਕ ਪੜ੍ਹ ਕੇ ਲੋਰੀ ਦੇਵੇ ਤੇ ਪੁੱਤਰ ਮਿਹਰੇ ਅਲੀ ਬਣਦਾ ਹੈ, ਅੰਮਾ ਕੁਰਾਨ ਪਾਕ ਪੜ੍ਹ ਕੇ ਲੋਰੀ ਦੇਵੇ ਤੇ ਪੁੱਤਰ ਦਾਤਾ ਹਜਮੇਰੀ ਬਣਦਾ ਹੈ, ਅੰਮਾ ਕੁਰਾਨ ਪਾਕ ਪੜ੍ਹ ਕੇ ਲੋਰੀ ਦੇਵੇ ਤੇ ਮੇਰਾ ਪੀਰ ਅਜਮੇਰੀ ਬਣਦਾ ਹੈ, ਅੰਮਾ ਕੁਰਾਨ ਪੜ੍ਹ ਕੇ ਲੋਰੀ ਦੇਵੇ ਤੇ ਸਖੀ ਸੁਲਤਾਨ ਬਾਹੂ ਬਣਦਾ ਹੈ, ਅੰਮਾ ਕੁਰਾਨ ਪੜ੍ਹ ਕੇ ਲੋਰੀ ਦੇਵੇ ਤੇ ਬਾਬਾ ਫਰੀਦ ਬਣਦਾ ਹੈ। ਰੱਬੇ ਕਾਬਾ ਦੀ ਇੱਜ਼ਤ ਦੀ ਕਸਮ ਹੱਥ ਰੱਖ ਕੇ ਸੈਯਦ ਦੇ ਕਦਮਾਂ ਤੇ ਜੁਮਲਾ ਦੇਣਾ ਚਾਹਨਾ, ਜਨਾਬੇ ਸੈਯਦਾ ਜ਼ਹਰਾ ਲੋਰੀ ਦੇਵੇ ਤੇ ਕਦੀ ਹੁਸੈਨ ਇਬਨ ਅਲੀ ਬਣਦਾ ਹੈ ਤੇ ਕਦੀ ਹਸਨ ਇਬਨ ਅਲੀ ਬਣਦਾ ਹੈ। ਬਣਦਾ ਕਿ ਨਹੀਂ ਬਣਦਾ? ਜਿਹੜਾ ਇਹਨਾਂ ਦੇ ਸੱਚੇ ਕੁਰਾਨ ਸਿੱਖਦਾ ਹੈ ਤੇ ਸਿਖਾਉਂਦਾ ਹੈ ਉਹ ਤੇ ਬੋਲੇ ਜ਼ਰਾ ਸੁਭਾਨ ਅੱਲਾ। ਮੈਂ ਦੋ ਜੁਮਲੇ ਸ਼ਾਜੀ ਕਿਬਲਾ ਸਿਰਫ ਆਪ ਨੂੰ ਕਦਮਾਂ ਤੇ ਹੱਥ ਰੱਖ ਕੇ ਅਸਰਨ ਭਾਈ ਮੈਂ ਥੋੜ੍ਹਾ ਜਿਹਾ ਸ਼ਾਜੀ ਨੂੰ ਤੱਕਣਾ ਚਾਹੁੰਦਾ, ਮੇਰਾ ਬੇਟਾ ਭਾਵੇਂ ਅੱਗੇ ਆ ਜਾਓ ਫਿਰ ਮੈਂ ਯਕੀਨਨ ਮੈਂ ਸ਼ਾਜੀ ਕਿਬਲਾ ਮੈਂ ਸੁਣਿਆ ਜਿਹੜਾ ਬੰਦਾ ਕਿਸੇ ਯਤੀਮ ਦੀ ਕਫਾਲਤ ਕਰੇ ਹਜ਼ੂਰ ਫਰਮਾਉਂਦੇ ਨੇ ਜੰਨਤ ਮੇ ਮੇਰਾ ਸਾਥੀ ਹੋਗਾ। ਕਫਾਲਤ ਦਾ ਮਤਲਬ ਇਹ ਉਹਨੂੰ ਵਰਦੀ ਲੈ ਦੇਵੇ, ਕਫਾਲਤ ਦਾ ਮਤਲਬ ਉਹਨੂੰ ਦੋ ਤਰ੍ਹਾਂ ਤਰ੍ਹਾਂ ਦੀ ਰੋਟੀ ਦੇ ਦੇਵੇ, ਉਹਦੇ ਸਕੂਲ ਦੀ ਫੀਸ ਦੇ ਦੇਵੇ, ਉਹਦੇ ਘਰ ਦੇ ਬਿਜਲੀ ਦਾ ਬਿੱਲ ਦੇ ਦੇਵੇ, ਉਹਨੂੰ ਸਾਲ ਦੇ ਦਾਣੇ ਦੇ ਦੇਵੇ। ਬਈ ਇਹ ਕਫਾਲਤ ਹੈ। ਤੇਰਾ ਦਿਲ ਕਰੇ ਤਾਂ ਮੈਂ ਗੱਲ ਪਿੰਡ 'ਚ ਪਿਆ ਕਰਨਾ ਮਿੰਬਰ ਮੁਹੰਮਦ ਵਾਲੇ ਮੁਹੰਮਦ ਤੇ, ਤੇਰਾ ਦਿਲ ਕਰੇ ਤਾਂ ਬੋਲੀ ਵਰਨਾ ਨਾ ਬੋਲੀ, ਮੈਂ ਜਾਣਾ ਤਾਂ ਮੁੱਠੂ ਬਰਾਦਰਾਂ ਜਾਣਾ। ਜਿਸ ਬੰਦੇ ਦਾ ਦਿਨ ਇੱਧਰ ਹਾਜ਼ਰ ਹੋਇਆ ਜ਼ਰੂਰ ਬੋਲੇਗਾ, ਜਿਹੜਾ ਇੱਕ ਯਤੀਮ ਠੱਠੇ ਤਾਰ ਕੇ ਯਤੀਮ ਬੱਚੇ ਦੀ ਕਫਾਲਤ ਕਰੇ। ਸਾਈਆਂ ਦਾ ਫਰਮਾਨ ਹੈ ਜੰਨਤ ਮੇ ਮੇਰਾ ਸਾਥੀ ਹੋਗਾ ਜਿਹੜਾ 3 ਸਾਲ ਤੁਰੇ ਯਤੀਮ ਕੀ ਕਫਾਲਤ ਕਰੇ। ਅਬੂ ਤਾਲਬ ਕਾ ਮਰਤਬਾ ਕਿਆ ਹੋਗਾ? ਜਾਗ ਰਹੇ ਹੋ? ਜਾਗ ਰਹੇ ਕਿ ਬੈਠੇ ਹੋ? ਚਲੇ ਗਏ ਹੋ? ਤਾਂ ਜੁਮਲਾ ਸੁਣ ਲਓ, ਦੋ ਸ਼ੇਰ ਅਗਲੇ ਸੁਣਾ ਸਾਨੂੰ ਦਾਵਤ। ਮਤ ਪੂਛ ਕਿ ਇਸ਼ਕ-ਏ ਮੁਹੱਬਤ ਕਹਾਂ ਸੇ ਮਿਲਤਾ ਹੈ। ਬਸ ਅਚਾਨਕ ਰਿੰਨ ਚ ਆ ਗਿਆ ਪੜ੍ਹੇ ਲਿਖੇ ਲੋਕ ਬੈਠੇ ਹੈ, ਜਹਾਂ ਪਰ ਕੋਈ ਸਾਬਕਾ ਨਾਜ਼ਮ ਬੈਠਾ ਹੋ ਤੋ ਪੜ੍ਹਾ ਲਿਖਾ ਤੋ ਹੈ ਨਾ, ਯਾਨੀ ਕਿ ਪੰਚਾਇਤ ਨਹੀਂ ਬੈਠਣ ਵਾਲੇ ਵੱਧੇ ਹੁੰਦੇ ਨਾ, ਤੇ ਮੇਰੀ ਪੰਚਾਇਤ ਤੁਹਾਡੇ ਹੱਥ 'ਚ, ਤਾਂ ਮੈਂ ਜੀ ਨਾਮ ਜੁਮਲਾ ਦੇਣਾ ਚਾਹੁੰਦਾ। ਤਵੱਜੋ, ਮਤ ਪੂਛ ਕੈਸ਼ ਕੇ ਮੁਹੰਮਦ ਸ਼ਾਹ ਜੀ, ਮਤ ਪੂਛ ਕੈਸ਼ ਕੇ ਮੁਹੰਮਦ ਕਹਾਂ ਸੇ ਮਿਲਤਾ ਹੈ, ਯੇ ਮਨ ਯੇ ਸਲਵਾ ਹਮੇ ਆਸਮਾਂ ਸੇ ਮਿਲਤਾ ਹੈ, ਨਬੀ ਕੀ ਨਾਮ ਸੁਨੂੰਗਾ ਅਲੀ ਕੇ ਬਾਬਾ ਸੇ। ਅੱਲਾ ਦੀ ਕਸਮ ਹੈ ਤੁਹਾਡੇ 'ਚ ਕੋਈ ਬੰਦਾ ਸ਼ੇਰ ਇੱਥੇ ਬਹਿ ਕੇ ਪੜ੍ਹੇ ਅਤੇ ਮੇਰੇ ਪੈਰਾਂ 'ਚ ਘੁੰਗਰੂ ਬਣੂਗਾ, ਮੈਂ ਨੱਚ ਕੇ ਆਖਾਂਗਾ ਸੁਭਾਨ ਅੱਲਾ। ਇਸ ਤੋਂ ਤੁਹਾਡੀ ਗੱਲ ਹੈ, ਲੇਕਿਨ ਸ਼ੇਰ ਸੁਣੋ। ਮਤ ਪੂਛ ਕੈਸ਼ ਕੇ ਮੁਹੰਮਦ ਕਹਾਂ ਸੇ ਮਿਲਤਾ ਹੈ, ਯਮਨ ਯਾ ਸਲਵਾ ਹਮੇ ਆਸਮਾਂ ਸੇ ਮਿਲਤਾ ਹੈ, ਨਬੀ ਕੀ ਨਾਮ ਸੁਨੂੰਗਾ ਅਲੀ ਕੇ ਬਾਬਾ ਸੇ, ਗੁਲੋਂ ਕਾ ਭੇਦ ਫਕਤ ਬਾਗਬਾਂ ਸੇ ਮਿਲਤਾ ਹੈ, ਗੁਲੋਂ ਕਾ ਭੇਦ ਫਕਤ ਬਾਗਬਾਂ ਸੇ ਮਿਲਤਾ ਹੈ। ਸਮੇਂ ਨਿਗਰਾਮੀ ਇੱਕ ਹੁੰਦੀ ਹੈ ਵਫਾ, ਵਫਾ ਜੋ ਹੁੰਦੀ ਹੈ ਨਾ ਉਹ ਬੜੀ ਹਸੀਨ ਵਫਾ ਹੁੰਦੀ ਹੈ, ਕਿਉਂਕਿ ਅਲਾਮਾ ਇਕਬਾਲ ਨੇ ਕਿਹਾ ਹੈ ਕਿ ਕੀ ਮੁਹੰਮਦ ਸੇ ਵਫਾ, ਤੂੰ ਨੇ ਤੋ ਹਮ ਤੇਰੇ ਹੈ, ਯੇ ਜਹਾਂ ਚੀਜ਼ ਹੈ ਕਿਆ ਲਾਹੋ ਕਲਮ ਤੇਰੇ ਹੈ। ਮੈਂ ਜਿਤਨੇ ਸਾਲ ਠੱਠਾ ਤਾਰ ਕੇ ਸ਼ਰੀਫ ਕੇ ਮਿੰਬਰ ਪੇ ਆਤਾ ਰਹਾ, ਮੈਨੇ ਇੱਕ ਚਿਹਰਾ ਯਹਾਂ ਪੇ ਦੇਖਾ, ਉਹ ਚਿਹਰਾ ਕੌਣ ਸਾ ਥਾ?
کاری شکر رسول میروی صاحب اللہ ان کے درجات میں بلندی عطا فرمائے. جو تو بندے دنیا تو ٹر جاندے پھر بعد بندے بندے نو بھول جاندے لیکن وٹو برادران نے ایک محبت کی تھی ایک پیار کی تھی اور ایک اظہارے کیتا ہے کہ اللہ تعالیٰ سارے بھائی کے درجات بلندی عطا فرمائے انہوں دے لخت جگر انہوں دے صاحبزادے حسنین شفقت رسول میروی دنیا پور تو تشریف لیا سارے مہمان جڑے کہ لخت جگر نے کاری شفقت رسول میروی صاحب دے وٹو برادران نے جس انداز دے نال پیار فرمایا اور اس جگہ تے کاری شفقت رسول صاحب دا پڑھنا اج یقیناً وہ تھی پنجابی کی کہاوت شروع ہوئے گی کہ ماں پر پوت پتا پر گھوڑا پوتا نہیں تے تھوڑا تھوڑا شویا شویا لیکن یقیناً جدو پڑھن گے تو سانو یاداں سارے بھائی دیا کاری شوکر رسول دی آن گیاں لیکن انہوں نے بھی انجی ویکھنا ہے جی میں خود اج کاری شوکر رسول صاحب ہی کھڑے نے انشاءاللہ. میں وٹو برادران ہوں اس وفات ہے بڑی مبارکباد پیش کراں گا بھائی ذوالفقار صاحب بھائی لیاقت صاحب اور انہوں نے پوری فیملی نو کہ جنہوں نے انہوں نے انتقال تو بعد بھی انہوں نے بلایا نہیں. یہ وفادار دوستوں کا کام ہوتا ہے کہ ہمیشہ کسی نے یاد رکھنا حقیقت بات ہے اسی کو وفا کہتے ہیں. جہے بندے حضور نے سنا خان نال وفا کر دیں وہ حضور نال کی نہیں کرنگے. اے گل یاد رکھو جڑی میں کہہ گیا جہے بندہ دنیا تو ٹر بھی گیا ہے وہ انہوں نے گلا تری سی نہ کر سکتا ہوں تو بہ کے قبر تو فون نہیں کر سکتے سر نا جی تھی میرے پتر کو بلاؤ یا نہ بلاؤ ایسی گل تو کوئی نہیں وہ تو چلے گئے لکھنے کے باوجود جہے بندے حضور نے سنا خان کے نال انہوں نے انتقال تو بعد بھی وفا کر وہ محمد والے محمد کے نال کتنی وفا رکھتے ہو گے وہ تمہیں ثابت ہو گیا ہے. ایک نعرہ لاؤ حسنین شفقت رسول میروی صاحب انہوں کی گزارش کراں گا تشریف لیاؤ اور نبی پاک صلی اللہ علیہ وسلم کی بارگاہ گلہائے عقیدت پیش کرو.